ਸਤਿ ਪਤਿਵੰਤਾਂ ਪਰਮੇਸ਼ਰ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਪਿਆਰਿਆਂ ਦੇ ਚਰਨਾਂ ਚਾਰ ਬਾਹ ਖਰ ਬਾ ਬਾ ਡੰਡਾਤ ਵੰਨਾ ਸੱਚੇ ਪਾਤਸ਼ਾਹ ਕਿਰਪਾ ਕਰਿਓ ਬਖਸ਼ਿਸ਼ ਕਰਿਓ ਆਪ ਦੇ ਨਾਮ ਦੇ ਰੰਗ ਵਿੱਚ ਰੰਗੀ ਰੱਖਿਓ ਆਪ ਦੇ ਪਿਆਰਿਆਂ ਦੀ ਮੇਸ਼ਾਈ ਸਤਸੰਗ ਬਖੀਰਿ ਰੱਖਿਓ ਅਪਰਦਾਸ਼ ਵੀ ਮੰਗਦੇ ਆ ਸਹੀ ਪਿਆਰੇ ਮੇਲ ਜਨ ਮੇਰੇ ਆ ਤੇਰਾ ਨਾਮ ਚਿਤਾਵੇ ਨਾਮ ਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਸੋ ਆਪਾਂ ਇਕੱਲੇ ਕਹਿਣ ਤਾਂ ਸੀਮਤ ਨਹੀਂ ਰਹਿਣਾ ਕਿਉਂਕਿ ਅਰਦਾਸ 'ਚ ਤਾਂ ਆਪਾਂ ਬੋਲ ਲਈਦਾ ਆ ਹਰ ਅਰਦਾਸ 'ਚ ਆਪਾਂ ਇਹ ਚੀਜ਼ ਬੋਲਦੇ ਆ ਕਿ ਨਾਮ ਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਪਰ ਕਿਹਬਰੀ ਦੇਖਦੇ ਆ ਅਰਦਾਸ ਤੋਂ ਬਾਅਦ ਫਿਰ ਜਦੋਂ ਮੀਟਿੰਗਾਂ ਹੁੰਦੀਆਂ ਤਾਂ ਉਦੋਂ ਹੀ ਇੱਕ ਦਾਮੀ ਉੱਥੇ ਮੁੱਛੇ ਵੱਜਣ ਲੱਪਿੰਦੇ ਹਰ ਮਤ ਵਿੱਚ ਹੀ ਕਮੇਟੀਆਂ ਦੀਆਂ ਪ੍ਰਧਾਨਗੀਆਂ ਵਾਸਤੇ ਜਾਂ ਹੋਰ ਫਿਰ ਉਹ ਕੀ ਵੈਦਾ ਹੋਇਆ ਹੁਣੇ ਹੀ ਤਾਂ ਅਰਦਾਸ ਕਰਕੇ ਆਏ ਆ ਹੁਣੇ ਤਾਂ ਅਰਦਾਸ ਕੀਤੀ ਐ ਸਈ ਪਿਆਰੇ ਮੇਲ ਜਨ ਮਿਲਿਆ ਤੇਰਾ ਨਾਮ ਚਿਤਾਵੇ ਤਾਂ ਹਮੇਂ ਅਸੀਂ ਰੱਬ ਦੇ ਪਿਆਰਿਆਂ ਦੀ ਮਹਾਪੁਰਖ ਨਿੰਦਾ ਨਿੰਦਾ ਸ਼ੁਰੂ ਕਰ ਦਿੰਦੇ ਆ ਫਿਰ ਉਹਦਾ 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 ਫਿਰ ਮਤਲਬ ਕੀ ਹੋਇਆ ਸੋ ਆਪਾ ਥੋੜਾ ਥੋੜਾ ਕਿਉਂਕਿ ਤੇ ਹੁਣ ਜੇ ਵਿਚਾਰ ਕਰਨੀ ਹੋਵੇ ਨਾਮ ਤੇ ਜਾਂ ਗੁਰੂ ਤੇ ਜਾਂ ਰੱਬ ਤੇ ਤੇ ਮਹੀਨਿਆਂ ਬੱਧੀ ਵੀ ਕਰੀ ਜੇਉ ਤਾਂ ਬਹੁਤ ਥੋੜੀ ਆ ਕਿਉਂਕਿ ਬਹੁਤ ਡੂੰਘੇ ਵਿਸ਼ੇ ਆ ਪਰ ਆਪਾਂ ਉਹ ਸੰਕੀਪ ਮਾਤਰ ਥੋੜ੍ਹਾ ਥੋੜਾ ਕਰਨਾ ਆ ਤਾਂ ਕਿ ਹੌਲੀ ਹੌਲੀ ਫੇ ਆਪਾਂ ਕਰੀ ਜਾਵਾਂਗੇ ਤਾਂ ਹਜੇ ਪਹਿਲਾਂ ਉਹਨੇ ਇੱਕ ਪਰਪਲਿਖੇ ਕੱਢੀਏ ਕਮ ਸੇ ਕਮ ਥੋੜਾ ਬੜਾ ਤਾਂ ਸਾਨੂੰ ਇਹਦੇ ਬਾਰੇ ਗਿਆਨ ਹੋਵੇ ਹੁਣ ਜਿੱਥੇ ਨਾਮ ਦੀ ਗੱਲ ਆਉਣੀ ਆ ਉਥੇ ਸਾਧੂ ਦੀ ਵੀ ਗੱਲ ਆਉਣੀ ਆ ਉਥੇ ਸੰਤ ਦੀ ਵੀ ਗੱਲ ਆਉਣੀ ਆ ਗੁਰੂ ਪੀਰ ਦੀ ਵੀ ਗੱਲ ਆਉਣੀ ਆ ਰੱਬ ਦੀ ਵੀ ਗੱਲ ਆਉਣੀ ਆ ਇਹ ਤਾਂ ਸਾਂਝਾ ਹੀ ਵਿਚਾਰ ਸੋ ਆਪਾਂ ਨਾਮ ਰਿਓ ਸਾਧੂ ਰਿਓ ਹੁਣ ਸਾਧੂ ਦੀ ਗੱਲ ਕਰਦੇ ਆ ਕਿਉਂਕਿ ਸਾਧੂ ਸ਼ਬਦ ਗੁਰੂ ਦੇ ਵੀ ਵਰਤਿਆ ਗਿਆ ਸੰਤ ਲਈ ਵੀ ਵਰਤਿਆ ਗਿਆ ਆ ਸਾਧ ਨਾਮ ਨਿਰਮਲ ਜਾਂ ਕੇ ਕਰਮ ਜਿਹਦੇ ਜਿਹੇ ਜੀਵਨ ਬਹੁਤ ਸਾਦੇ ਆ ਜਿਹਦੇ ਨਿਰਮਲ ਕਰਮ ਆ ਉਹਨੂੰ ਵੀ ਆਪ ਸਾਧੂ ਕਹਿੰਦੀ ਆ ਜਿਹਦੇ ਚ ਪੰਜਵੇਂ ਪਾਛਮਾਰੇ ਕਹਿੰਦੇ ਆ ਕਹਿੰਦੇ ਖੋਜਿਤ ਖੋਜਿਤ ਸੁਣੀਐ ਸੋਈ ਸਾਧ ਸੰਗਤ ਬੈਨ ਤਰਿਓ ਨ ਕੋਈ ਜਿਸ ਮਸਤਕ ਭਾਗ ਤਿੰਨ ਸਤਗੁਰ ਪਾਇਆ ਪੂਰੀ ਆਸਾ ਮੰਤਰ ਪਤਾਇਆ ਮਰੇ ਗਿੰਦੇ ਮਰੇ ਕੋ ਕੁਐਸਚਨ ਕੀਤਾ ਕਿ ਮਾਰੇ ਕਿਵੇਂ ਰੱਬ ਦੀ ਪ੍ਰਾਪਤੀ ਹੋਵੇ ਸਾਨੂੰ ਤੁਸੀਂ ਦੱਸੋ ਕੋਈ ਕੋਸ਼ ਕੀ ਜਾਂਦਾ ਆ ਜੋਗੀ ਕਹੀ ਜਾਂਦੇ ਪਹਾੜਾਂ ਚ ਜਾ ਗੋ ਘਰ ਬਾੜ ਛੱਡ ਕੇ ਜਾਵੋ ਕੋਈ ਕੋਈ ਤਰੀਕਾ ਦੱਸਦਾ ਨਹੀਂ ਤੀਰਥਾਂ ਤੇ ਜਾਵੋ ਆ ਕਰੋ ਆ ਕਰੋ ਆ ਕਰੋ ਸੁਮਾਰੈ ਤੁਸੀਂ ਮੌਕੇ ਤੇ ਪੂਰਨ ਗੁਰੂ ਰੱਬ ਦਾ ਰੂਪ ਆ ਗੁਰਨਾੰਕ ਸਾਹਿਬ ਦੀ ਪੰਜਵੀਂ ਜੁਗ ਹੈ ਸਾਨੂੰ ਇਹਦੇ ਬਾਰੇ ਇਹ ਦੱਸੋ ਕਿ ਜੋ ਦੁਨੀਆ ਦੇ ਵਿੱਚ ਕਰਮ ਕੰਡ ਭਰਮ ਭਲੇਖੇ ਹੁਣ ਯੋਗੀਆਂ ਵਾਲੇ ਆਸਣ ਕਰਨਾ ਹਰ ਇੱਕ ਤੇ ਸਾਡੇ ਵਾਸਤੇ ਹੀ ਗੱਲ ਨਹੀਂ ਉਹਨਾਂ ਦੇ 84 ਸੈਦਾ ਆਸਣ ਆ ਅਸ਼ਟਾਂ ਆਸਣੇ 8 ਬਹੁਤ ਹੋਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਆਸਣ ਆ ਉਹ ਤਾਂ ਮਾਰੇ ਆਮ ਬੰਦੇ ਤੇ ਵਾਸਤੇ ਹੀ ਗੱਲ ਨਹੀਂ ਤੇ ਉਥੇ ਫਿਰ ਮਾਰਾਈ ਨੇ ਕਿ ਆਕੀਨ ਆਸਨਾ ਕਰਕੇ ਜਾਂ ਯੋਗ ਅਭਿਆਸ ਕਰਕੇ ਹਾਂ ਬਹੁਤਿਆਂ ਨੇ ਉਮਰਾਂ ਵਧਾ ਲਈਆਂ ਸ਼ਕਤੀਆਂ ਪ੍ਰਾਪਤ ਕਰ ਲਈਆਂ ਪਰ ਇਹਨਾਂ ਰੱਬ ਦੀ ਪ੍ਰਾਪਤੀ ਨਹੀਂ ਹੋਈ ਕਿੰਨੇ ਸੀ ਬਹੁਤ ਖੋਜ ਕੀਤੀ ਕਿ ਕਿੰਨਿਆਂ ਨੇ ਸਤਯੋਗ ਚ ਹਜ਼ਾਰਾਂ ਬੁਰਿਆਂ ਦੀ ਉਮਰ ਹੁੰਦੀ ਯੋਗੀਆਂ ਨੇ ਬਹੁਤ ਲੰਮੀਆਂ ਉਮਰਾਂ ਕੀਤੀਆਂ ਤ੍ਰੇਤੇਜ ਯੁੱਗ ਦੇ ਲੱਖਾਂ ਸਾਲਾਂ ਦੀ ਉਮਰ ਸੀ ਤ੍ਰੇਤੇਜ ਹਜ਼ਾਰਾਂ ਦੀ ਹੋਗੀ ਦੁਆਪਰਿਸ਼ ਸੈਂਕੜੇ ਸਾਲਾਂ ਦੀ ਹੈ ਕਾਲ ਯੋਗ ਦੇ ਵਿੱਚ 100 ਜਾਂ 2 ਘਟ ਜਾਂ ਇਹਦੇ ਲਾਗੇ ਛੱਡੇ ਹੁੰਦੀ ਆ ਉਹਨਾਂ ਸਮਿਆਂ ਚ ਚਲੋ ਯੋਗ ਮਤ ਜਾਂ ਹੋਰ ਕਰਨ ਕੋ ਲੰਮੀਆਂ ਬਹੁਤ ਉਮਰਾਂ ਸੀਗੀਆਂ ਸਤ ਯੋਗ ਤਾਂ ਇੱਦਾਂ ਵੀ ਇਤਿਹਾਸ ਚੋਂ ਦਾ 84 ਲੱਖ ਆਸਣ ਹੁੰਦੇ ਸੀ ਫਿਰ 84 ਹੋ ਗਿਆ ਹੁਣ ਛ ਤਾਂ ਆਸਣ ਚਲੋ ਐਨੀ ਗਏ ਆਪਾਂ ਇੱਧਰ ਨੂੰ ਨਹੀਂ ਜਾਂਦੇ ਵੀ ਮਾਰੇ ਜੋ ਤਾਂ ਬਹੁਤ ਔਖੇ ਆ ਸੌਖਾ ਸਿੰਪਲ ਤਰੀਕਾ ਕਿਹੜਾ ਆ ਉੱਥੇ ਮਹਾਰਾਜ ਨੇ ਕਿਹਾ ਖੋਜਿਤ ਖੋਜਿਤ ਸੁਨੀਏ ਸੋਈ ਸਾਦ ਸੰਗਤ ਬਿਨ ਤਰਿਓ ਨ ਕੋਈ ਜਿਸ ਮਾਸਤਕ ਭਾਗ ਤੈ ਸਤਗੁਰ ਪਾਇਆ ਪੂਰੀ ਆਸਾ ਮੰਤਰ ਪਾਇਆ ਕਹਿੰਦੇ ਅਸੀਂ ਬਹੁਤ ਖੋਜ ਕੀਤੀ ਬਹੁਤ ਕੋਈ ਕਿੱਦਾਂ ਤਰਿਆ ਕਿੱਦਾਂ ਤਰਿਆ ਕਹਿੰਦੇ ਅਖੀਰ ਨੂੰ ਅਸੀਂ ਇਸ ਜ਼ਿੰਦਗੀ ਜੇ ਤੇ ਪਹੁੰਚੇ ਆ ਕਿ ਸਾਦ ਸੰਗਤ ਬਿਨ ਤਰਿਓ ਨ ਕੋਈ ਰੱਬ ਦੇ ਪਿਆਰਿਆਂ ਦੀ ਸੰਤ ਸੰਗਤ ਤੋਂ ਬਿਨਾ ਸਾਧੂ ਜਿਨ੍ਹਾਂ ਦੀ ਸੰਗਤੋਂ ਬਿਨਾਂ ਕੋਈ ਵੀ ਨਹੀਂ ਤਰ ਸਕਿਆ ਜਿਸ ਮਸਤਕ ਭਾਗ ਤੈਨਸਤ ਕਰ ਪਾਇਆ ਪੂਰੀ ਅਸਮ ਕਿੰਦੀ ਜੀ ਇਹਨਾਂ ਦੇ ਪੂਰਬ ਦੇ ਕੋਈ ਚੰਗੇ ਭਾਗ ਸੀ ਪਰਮਾਤਮਾ ਨੇ ਉਹਨਾਂ ਦੇ ਮੁਕੱਦਰਾਂ ਵਿੱਚ ਗੁਰੂ ਦੀ ਪ੍ਰਾਪਤੀ ਲਿਖ ਦਿੱਤੀ ਉਹਨਾਂ ਨੂੰ ਗੁਰੂ ਦੀ ਸਾਧੂ ਦੀ ਇਹ ਪ੍ਰਾਪਤੀ ਹੋ ਗਈ ਪਰ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਆ ਇੱਕ ਪਾਸੇ ਤਾਂ ਇਹ ਪੜੀ ਜਾਂਦੀ ਆ ਆਪਾਂ ਜੇ ਤੌਰ ਹਰ ਮਾਸਟਰ ਕੋ ਲਿਖਿਆ ਤੇ ਨਾ ਸਤਗੁਰ ਮਿਲਿਆ RAM ਰਾਜੇ ਇਹ ਨਾਂ ਦੀ ਤਰੋਂ ਪ੍ਰਮਾਤਮਾ ਨੇ ਲਿਖ ਦਿੱਤਾ ਉਹਨਾਂ ਨੂੰ ਸਤਗੁਰ ਦੀ ਪ੍ਰਾਪਤੀ ਹੋ ਜਾਣੀ ਆ ਤੇ ਜੇ ਫੇ ਉਹਨਾਂ ਨੂੰ ਹੋ ਜਾਣੀ ਆ ਤਾਂ ਫੇ ਜੇ ਕਿਸੇ ਨੇ ਕਿਸੇ ਨੂੰ ਵੀ ਜਾਂ ਮਹਾਤਮਾ ਨੂੰ ਜਾਂ ਕਿਸੇ ਪੀਰ ਨੂੰ ਜਾਂ ਗੁਰੂ ਨੂੰ ਜਾਂ ਸੰਤ ਨੂੰ ਕੋਈ ਭਗਤ ਨੂੰ ਜਾਂ ਕਿਸੇ ਨੇ ਮਰ ਛੱਕ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਨੇ ਵੀ ਗੁਰੂ ਧਾਨ ਕਰ ਲਿਆ ਤੇ ਫੇ ਤਰੋਂ ਉਹਨਾਂ ਦਾ ਲਿਖਿਆ ਆ ਉਹਨਾਂ ਦੇ ਥਰੂ ਤੇ ਫਿਰ ਵਿਰੋਧ ਕਾ ਦਾ ਹੋਇਆ ਅੱਜ ਵਿਰੋਧ ਕਿਉਂ ਆ ਕਿ ਇਹ ਫਲਾਨਿਆਂ ਨੂੰ ਕਿਉ ਗੁਰੂਤਾਰਨ ਕਰ ਲਿਆ ਫਿਆ ਹਾਂ ਨੇ ਨੂੰ ਕਰਾ ਸਾਡੇ ਵਾਲਾ ਠੀਕ ਆ ਸਾਡੇ ਵਾਲਾ ਠੀਕ ਆ ਇਹਦਾ ਮਤਲਬ ਇਹਨਾਂ ਨੂੰ ਗਿਆਨ ਨਹੀਂ ਸੋਝੀ ਨਹੀਂ ਜੇ ਤੋ ਰੋਂ ਕਿਸੇ ਦਾ ਕਿਸੇ ਥਰੂ ਲਿਖਿਆ ਆ ਫਿਰ ਜ਼ਬਰਦਸਤੀ ਕਿਉ ਕਰਦੇ ਆ ਹੁਣ ਔਰਨਗੀ ਬਿਆਹ ਭਾਰੀ ਤੋਰਦੇ ਉਹ ਬਹੁਤ ਅਰਮੀਆ ਪੰਜੀਟ ਐ ਮੰਨੰਗੇ ਤੇਰੀ ਨਵਾਜ਼ ਪੜਨ ਜਾਂਦਾ ਆ ਸਾਰੀ ਖਰਾਂ ਸ਼ਰੀਫ ਨੂੰ ਹਫ ਜੇ ਆ ਮੂੰਹ ਜਵਾਨੀ ਚੇਤੇ ਆ ਕਹਿੰਦੇ ਕਿੰਨੇ ਟੋਪੀਆਂ ਬਣ ਕੇ ਜਾਂ ਕਰੀਨ ਸ਼ਾ ਸ਼ਰੀਫ ਲਿਖ ਕੇ ਅਥੀ ਉਹਨਾਂ ਨੂੰ ਵੇਚ ਕੇ ਉਹਦੇ ਚੋਂ ਰੋਟੀ ਪਾਣੀ ਖਾਂਦਾ ਤਾਂ ਉਹ ਚੋਂ ਵੀ ਦਾਨ ਕੀ ਕਰਦਾ ਕਿੱਡਾ ਧਰਮ ਹੈ ਇੰਨਾ ਬਹੁਤ ਔਖਾ ਆ ਪਰ ਅਗਿਆਨਤਾ ਦੇ ਕਾਰਨ ਕਟੜ ਮੁੱਲਾ ਕਾਜ਼ੀਆਂ ਨੇ ਉਹਦੇ ਦਿਮਾਗ 'ਚ ਇਹ ਚੀਜ਼ ਪਾਤੀ ਕਿ ਜੇ ਤੂੰ ਇਹਨਾਂ ਨੂੰ ਅਸਲਾਮ ਦੇ ਵਿੱਚ ਲੈ ਮੈਂ ਮੁਸਲਮਾਨ ਬਣਾਉਣ ਮੈਂ ਖੁਦਾ ਤੇ ਬਹੁਤ ਖੁਸ਼ ਆ। ਉਹ ਹੁਣ ੱੱਕੇ ਨਾਲ ਮੁਸਲਮਾਨ ਬਣਾਉਣ ਰਿਹਾ ਆ। ਅਗਿਆਨਤਾ ਆ ਨਾ। ਪੁੰਨ ਕਰਮ ਦੀਵਜੈ ਪਾਪ ਕਰਮ ਖੱਟਣ ਰਿਹਾ ਆ। ਬਹੁਤ ਦਿਨ ਤੋਂ ਮੁਸਲਮਾਨ ਦੇ ਮੈਂ ਨਹੀਂ ਤਾਂ ਹੀ ਨਹੀਂ ਪਤਾ ਮੁਸਲਮਾਨਾਂ ਨੂੰ ਮੁਸਲਮਾਨ ਦੇ ਮੈਂ ਨਹੀਂ ਤਾਂ ਨਹੀਂ ਪਤਾ। ਮੈਂ ਕ੍ਰਾਂਤੀ ਸਾਰੀ ਪੜ੍ਹੀ ਆ। ਮੁਸਲਮਾਨ ਦਾ ਮਤਲਬ ਜਿਹੜਾ ਆਪਣਾ ਮਾਨ ਰੱਬ ਤੇ ਲੈ ਆਉਂਦਾ ਖੁਦਾ ਤੇ ਅੱਲਾਹ ਤੇ ਲੈ ਆਉਂਦਾ ਉਹ ਮੁਸਲਮਾਨ ਆ। ਕੁਫਰ ਮਸਬੂਤ ਨਾਲ ਤਲਕ ਨਹੀਂਗਾ ਜਿਹੜਾ ਨਾਸਤਕ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਉਹ ਕਾਫਰ ਕਹਿੰਦੇ ਆ ਵੀ ਝੂਠਾ ਆ ਕੁਫਰ ਤੋਂ ਉਹਦੇ ਜਿਹਾ ਕਾਫਰ ਆ ਪਰ ਉਹ ਨਹੀਂ ਉਹ ਦੂਜੇ ਪੱਖ ਲੈ ਜਾਂਦਾ ਵੀ ਜਿਹੜਾ ਇਸਲਾਮ ਚ ਨਹੀਂਗਾ ਉਹ ਕਾਫਰ ਆ ਗਾਦੀ ਕਰਕੇ ਅਗਿਆਨਤਾ ਕਰਕੇ ਉਹ ਕਟੜ ਪੰਥੀਆਂ ਦੀ ਸੋਚ ਕਰਕੇ ਹਿੰਦੂ ਮਤਜ ਵੀ ਇਦਾਂ ਹੀ ਆ ਹੁਣ ਤਕੇ ਨਾਲ ਉਹੋ ਅੱਲਾ ਅੱਲਾ ਕਹੋਂਦੇ ਆ ਜਾਂ ਖਲਾਖ ਨਹੀਂ ਤਾਂ ਤੈਨੂੰ ਅਸੀਂ ਕਤਲ ਕਰ ਦੇਗੇ ਚਾਹੇ ਉਹ ਆਪਣੇ ਸਹਬਜ਼ਾਦਿਆਂ ਦੀ ਗੱਲ ਲਾ ਲਓ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਇਤਿਹਾਸ ਬਾਰੇ ਜਾਂ ਪੰਜਵੀਂ ਪਾਸਚ ਮਾਰਾਇਨ ਨੂੰ ਵੀ ਇਹੀ ਸੀ ਕਿ ਜੇ ਤੁਸੀਂ ਮੁਹੰਮਦ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸਹਿਤ ਫੁਲਿਆ ਕੇ ਦੇਉ ਤਾਂ ਤੇਹਾਡਾ ਉਹ ਜੋ ਜ਼ੁਲਮ ਆ ਉਹ ਉਹ ਮਾਫ ਕਰ ਦਿੱਤੇ ਜ਼ੁਲਮ ਕਹਦਾ ਭੀ ਮੂਨਾ ਦਾ ਜਹਾਂਗੀਰ ਦਾ ਲੜਕਾ ਉਤੋਂ ਬਾਗੀ ਹੋ ਗਿਆ ਸੀ ਖੁਸਰੋ ਉਹ ਮਹਾਰਾਜ ਕੋ ਆ ਗਿਆ ਦੂਜੇ ਪਾਸ਼ਾ ਕੋ ਫੇਉਗਾ ਆ ਤਾਂ ਬਾ ਜਿੱਦਾ ਫਲਾਨਾ ਜੀ ਤੁਹਾਡੇ ਕੋ ਪਨਾਹ ਲਈ ਜਾ ਹੋਇਆ ਜਾ ਹੋਇਆ ਤੇ ਤੁਸੀਂ ਸਹਿਤ ਲੈ ਮਰਗ ਨਹੀਂ ਇਹ ਬਾਣੀ ਦੇ ਵਿੱਚ ਸਿਰਫ ਰੱਬ ਦੀ ਸਹਿਤ ਲੈ ਹੋਣੀ ਠੀਕ ਹੈ ਅਸੀਂ ਸਤਿਕਾਰ ਕਰਦੇ ਹਾਂ ਮੁਹੰਮਦ ਸਾਹਿਬ ਤੁਹਾਡੇ ਪਗੰਬਰ ਹੈ ਪਰ ਉਹਦਾ ਵੀ ਬਾਣੀ ਚ ਨਹੀਂ ਉਹਨਾਂ ਦੀ ਸਹਿਤ ਹੁੰਦੀ ਸਹਿਤ ਤਾਂគਲਦੇ ਰੱਬ ਦੀ ਹੋਣੀ ਹੈ ਇਹੀ ਜੋਰ ਹਰ ਵਾਰੀ ਇਦਾਂ ਹੀ ਲੱਗਾ ਔਰੰਗਜ਼ੇਬ ਨੇ ਵੀ ਇਹੀ ਲਾਇਆ ਜਦੋਂ ਸਾਤਵੇਂ ਪਾਚਾ ਮਹਾਰਾਜ ਨੂੰ ਬਹਾਨੇ ਨਾਲ ਕਿਹਾ ਕਿ ਮੈਂ ਦਰਸ਼ਨ ਕਰਨ ਦੇ ਮਰਗ ਇਹਨਾਂ ਨਹੀਂ ਹੈ ਪਾਪੀ ਵਰਸ਼ਾਸੀ ਨੂੰ ਦਰਸ਼ਨ ਨਹੀਂ ਦੇਣਾ ਇਹ ਆਪਣੇ ਪਿਓ ਨੂੰ ਮਾਰ ਦਾ ਕਦੋਂ ਕਰਦਾ ਭਰਾ ਉਹ ਧਰਮੀ ਕਿਵੇਂ ਹੋ ਸਕਦਾ ਫਿਰ ਉਹਨੇ ਆਪਣੇ ਲੜਕੇ ਨੂੰ ਭੇਜਿਆ ਉਹਨੋਂ ਨਾਲੇ ਰਾਮਰਾਏ ਨੂੰ ਪੂਰੀਆ ਤਾਕਤਾਂ ਬਖਸ਼ਿਸ਼ਾਂ ਦੇ ਕੇ ਪੁੱਛਿਆ ਕਿ ਡਰਨਾ ਨਹੀਂ ਉਹ ਤੋਂ ਪੂਰੀਆ ਕਰਾਮਾਤਾਂ ਵੀ ਦਿਖਾਈਆਂ ਸ਼ਕਤੀਆਂ ਵੀ ਦਿਖਾਈਆਂ ਪਰ ਜਦੋਂ ਉਹਨੇ ਕਿਹਾ ਵੀ ਬਾਕੀ ਤਾਂ ਸਾਰਾ ਕੁਝ ਠੀਕ ਹੈ ਪਰ ਇੱਕ ਸਾਡੇ ਮਤ ਦੀ ਜਾਂ ਮਜ਼ਹਬ ਦੀ ਤੋਹੀਨ ਕੀਤੀ ਗਈ ਹੈ ਬੇਇੱਜ਼ਤੀ ਕੀਤੀ ਗਈ ਹੈ ਮਿੱਟੀ ਮੁਸਲਮਾਨ ਕੀ ਬੇੜੇ ਵੀ ਕਮਿਆਰ ਤੋਂtheta ਡਰ ਗਿਆ ਕਿ ਹੁਣ ਪੰਗਾ ਪਊਗਾ ਉੱਥੇ ਕਹਿੰਦਾ ਮੈਂ ਇਹ ਗਲਤੀ ਨੂੰ ਲਿਖ ਹੋ ਗਿਆ ਲਿਖਣਾ ਸੀਗਾ ਮਿੱਟੀ ਬੇਈਮਾਨ ਦੀ ਪੀੜੇ ਵਿੱਚ ਤਾਂ ਸਿੱਖਾਂ ਨੇ ਮਾਰਿਆ ਨਾ ਤੇ ਮਾਰੇ ਕਿੰਨੇ ਸਾਡੇ ਮੱਥੇ ਨਾਲ ਲੱਗੇ ਤੋ ਕਿਉਂ ਗੁਰਬਾਣੀ ਵੀ ਇੱਕ ਤੱਕ ਨਹੀਂ ਬਿਲ ਸਕਦਾ ਅੱਜ ਉਹ ਇੱਕ ਮਹਾਰਾਣੀ ਨੀ ਐਗਜ਼ੈਂਪਲ ਦਿੱਤੀ ਕਰਕੇ ਅੱਜ ਕੋਈ ਬਾਣੀ ਨੂੰ ਬਦਲ ਨਹੀਂ ਸਕਦਾ ਪਰ 1900 ਮਖਲ ਮੈਂ ਜੇ ਸਹੀ ਨਹੀਂ ਚੇਤੇ ਤਾਂ 30 ਬੱਤੀ ਦੇ ਲਾਗੇ ਕੋਸ਼ ਕਟੜ ਪੰਥੀਆਂ ਨੇ ਬੀ ਦਾ ਇਹ ਪ੍ਰਚਾਰ ਕੀਤਾ ਕਿ ਜਿਹੜੇ ਭਗਤਿਆ ਭਾਟਿਆ ਉਹ ਗੁਰੂਆਂ ਦੇ ਬਰਾਬਰ ਨੇਗੇ ਲੋਕੀ ਕਹਿੰਦੇ ਹਾਂ ਥੋੜਾ ਥੋੜਾ ਘੋਲੇ ਸੀ ਲੋਕ ਫਿਰ ਜਦੋਂ ਮੰਨ ਗਏ ਫਿਰ ਕਹਿੰਦੇ ਵੀ ਇਹਨਾਂ ਦੀ ਫਿਕਾਣੀ ਵੀ ਨਹੀਂ ਬਰਾਬਰ ਚਾਈਦੀ ਫਿਰ ਉਹਨਾਂ ਨੇ ਕਹਿੰਦੇ 500 ਵੀੜ ਗੁਰੂ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਜੁੜੀ ਪਰ ਫਿਰ ਜਿੱਥਿਆ ਸੰਤ ਮਹਾਂਪੁਰਸ਼ਾਂ ਦੀਆਂ ਜਥੇਬੰਦੀਆਂ ਸੀ ਟਕਸਾਲਾਂ ਸੀ ਉਹਨਾਂ ਨੇ ਫਿਰ ਵਿਰੋਧ ਕੀਤਾ ਕਿਸਾਤੇ ਪਾਸ਼ਾ ਮਹਾਰਾਜ ਨੇ ਇੱਕ ਤਕਬਰ ਤੇ ਆਪਣੇ ਬੇਟੇ ਨੂੰ ਮੱਥੇ ਨਹੀਂ ਸਿਲਾਇਆ ਤਾਂ ਅਸੀਂ ਹੁਣ ਸਰਬੱਤ ਖਾਲਸਾ ਕਰਾਂਗੇ ਤੁਸੀਂ ਤਾਂ ਸਾਰੀ ਬਾਣੀ ਬਦਲ ਦੇਣ ਲੱਗੇ ਫੇਰ ਉਹ ਇਸ ਚੀਜ਼ ਤੋਂ ਬਾਅਦ ਆਏ ਉਹਦੇ ਕਰਕੇ ਨਹੀਂ ਤਾਂ ਅੱਜ ਪਤਾ ਨਹੀਂ ਇਹ ਨਹੀਂ ਬਾਣੀ ਦੇ ਵਿੱਚ ਕੀ ਕੀ ਬਦਲ ਦੇਣਾ ਸੀਗਾ ਸੰਤ ਦੇ ਥਾਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਨਹੀਂ ਲਾ ਦੇਣੇ ਸੀਗੇ ਜਾਂ ਸੰਤ ਦੇ ਥਾਂ ਅੱਜ ਵੀ ਕਹਿੰਦੇ ਆ ਸੰਤ ਸ਼ਬਦ ਰੱਬ ਦੀ ਵਰਤਿਆ ਗਿਆ ਆ ਤਦ ਉਹਨਾਂ ਦੀ ਮੋਲਿਆ ਜੇ ਹੁਣ ਤਾਂ ਥਾਂ ਥਾਂ ਦੇਖੀਏ ਮਾਰਾ ਕਹਿੰਦੇ ਆ ਕਬੀਰ ਸੇਵਾ ਤੇ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾ ਦੇ ਨਾਮ ਉਹ ਰਬ ਦੂਤ ਹੈ ਨਹੀਂ ਇੱਥੇ ਦੂਨ ਦੀ ਗੱਲ ਹੈ ਇੱਕ ਸੰਤ ਦੀ ਇੱਕ ਰਾਮ ਦੀ ਇੱਥੇ ਵੀ ਜਿਹੜੀ ਗੱਲ ਹੈ ਨਾਮ ਦੀ ਗੱਲ ਹੈ ਸਾਧੂ ਦੀ ਗੱਲ ਹੈ ਗੁਰੂ ਦੀ ਗੱਲ ਹੈ ਰੱਬ ਦੀ ਗੱਲ ਹੈ ਹੈਗਾ ਨਾ ਹਜੇ ਵੀ ਉਹ ਕੁ ਮਾਫ ਮਾਗੇ ਗਦੀ ਕੋਸ਼ ਕਦੀ ਕੋਸ਼ ਪਰ ਉਹਨਾਂ ਕੀ ਫਰਕ ਪੈਂਦਾ ਪਹਿਲਾਂ ਸਮਝੋਦਾ ਸਗਾ ਭੂਲੇ ਸੀ ਜਿੱਦਾਂ ਨੂੰ ਮਾਗੀ ਜੋ ਕਹਿੰਦੇ ਸੀ ਉਹ ਬਚਾਰੇ ਮੰਨ ਜਾਂਦੇ ਸੀ ਅੱਜ ਲੋਕੇ ਜਾਂ ਇਹ ਪੋਲੀਟੀਕਲ ਸਿਸਟਮ ਦੇ ਵਿੱਚ ਇਹ ਚਾਹੇ ਪਰ ਰਿਲੀਜੈਂਸ ਜਥੇਬੰਦੀਆਂ ਤੇ ਅੱਜ ਲੋਕੀ ਜਾਗਰੂਕ ਹੈਗੇ ਆ ਉਹ ਇਸ ਚੀਜ਼ ਦਾ ਪ੍ਰਸ਼ਨ ਕਰਦੇ ਫੇਰ ਵੀ ਆਪਾਂ ਲੱਗੀਆਂ ਆਪਣੇ ਪ੍ਰਸ਼ਨ ਮਾੜਾ ਮੋਟਾ ਕਰਦੇ ਆ ਇਸਲਾਮ ਮੁਸਲਮਾਨ ਕੱਟ ਗਏ ਤੇ ਤੁਸੀਂ ਮਾਝ ਦੇਖਲਾ ਕੁਐਸਚਨ ਵੀ ਕਰ ਸਕਦੇ ਉਹਦੇ ਤੇ ਨੋ ਜਵਾਬ ਕਰ ਦਿੰਦੇ ਆ ਕਦੋਂ ਕਰ ਦਿੰਦੇ ਤੇ ਉਹ ਮਾਜ਼ਬ ਦੀ ਤੂੰ ਪ੍ਰਸ਼ਨ ਵੀ ਨਹੀਂ ਕਰ ਸਕਦਾ ਕਿ ਗੱਲ ਤੇ ਆ ਜੇ ਸਹੀ ਹੈ ਇੰਨੀ ਉੱਥੇ ਕੱਟੜ ਪਈ ਆ ਕਿੱਡੇ-ਕੱਡੇ ਫਕੀਰ ਉਹਨਾਂ ਨੇ ਸਰਮਾਦਾਰ ਦੇ ਸ਼ਮਸ਼ਵੀਰ ਜਿਾ ਆਪਣੇ ਗੁਰੂ ਸਾਹਿਬਾਨ ਪੰਜਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਜਿਾ ਕਬੀਰ ਸਾਹਿਬ ਹੁਣੀ ਹੋ ਰਹੇ ਕਿੱਦਾਂ ਜਜੀਰਾ ਦਾ ਬਣ ਕੇ ਗੰਗਾ ਇਸਤੇ ਆ ਗਿਆ ਜਾਂ ਤੁਸੀਂ ਛੇ ਦਿੱਤੇ ਗਏ। ਇਹ ਉਹ ਮਸਬਾਂ ਦੇ ਕਟੜਪੰਥੀ ਜਿਹਨਾਂ ਨੂੰ ਗਿਆਨ ਨਹੀਂ ਸੋਚ ਨਹੀਂ ਪਿਆਰੀ ਲੋਕ ਆ। ਮੂਹਾਂ ਦੇ ਉਸ ਹੱਥੀ ਚੜ ਜਾਂਦੇ। ਤਾਂ ਹੀ ਗੁਰਨਾਥ ਦੇ ਮਹਾਰਾਜ ਜੀ ਇਹਨਾਂ ਦੇ ਖਲਾਵੇ ਕੈਲੋ ਜਾਂ ਅਗੇਂਸਟ ਇਹ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਬੰਮ ਨਾ ਵੇ ਜੀਆਂ ਖਾਏ ਜੋਗੀ ਯੁਗਤ ਨਾ ਜਾਣੇ ਅੰਦ। ਤੇ ਨਉ ਅਜਾੜੇ ਦਾ ਬੰਦ ਕਿੰਨੇ ਤਿੰਨਾ ਨਹੀਂ ਅਜਾੜਾ ਕੀਤਾ ਹੁਣ ਲੱਗਦਾ ਗੁਰਨਾਥ ਦੇ ਮਰਾਇਦੇ ਪੰਡਤ ਮੁੱਲਾ ਪੰਡਤ ਵੀ ਇਕੱਠੇ ਹੋਏ ਸੀ ਮੁੱਲਾ ਕਾਜੀ ਵੀ ਕਟੇ ਜੋਗੀ ਵੀ ਉਹ ਤਿੰਨ ਹੀ ਵੱਡੇ ਸੀ ਜਾਂ ਮੁਸਲਮਾਨ ਮੁੱਲਾ ਕਾਜੀ ਜਾਂ ਬ੍ਰਾਹਮਣ ਪੰਡਤ ਪ੍ਰੋਤ ਜਾਂ ਜੋਗੀ ਸਿੱਧ ਇਹ ਸਗੇ ਤਾਂ ਉਹਨਾਂ ਨੇ ਮਹਾਰਾਜ ਦੇ ਗੁਰੂ ਦੇੰਤ ਜਪ ਰਿਪਰਸ਼ਨ ਕੀਤੇ Hindu ਕਹਿੰਦੇ ਜੀ ਸਾਡੇ ਮਤਜ ਤਾਂ ਇਹ ਆ ਵੀ ਉਹ ਜਨੇਊ ਪਾ ਕੇ ਜਾ ਰਸਮ ਕਰਕੇ ਤੁਸੀਂ Hindu ਮਤ ਚਾ ਜਾਓ ਤਾਂ ਫਿਰ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋਣੀ ਹੈ ਤਾਂ ਮੁਸਲਮਾਨ ਕਹਿੰਦੇ ਨਹੀਂ ਜੀ ਮੁਸਲਮਾਨ ਬਣੋਂਗੇ ਤਾਂ ਫਿਰ ਬਹਿਜਤਾਂ ਦੀ ਪ੍ਰਾਪਤੀ ਹੋਣੀ ਹੈ ਜੋਗੀ ਕਹਿੰਦੇ ਨਹੀਂ ਜੀ ਜਗਰਬਾਹਰ ਛੱਡ ਕੇ ਜੰਗਲਾਂ ਚ ਜਾਓਗੇ ਤਾਂ ਫਿਰ ਰੱਬ ਦੀ ਪ੍ਰਾਪਤੀ ਹੋਣੀ ਹੈ ਤੋਤੇ ਫਮਾਰਾ ਇਹਨੇ ਤਿੰਨਾਂ ਨੂੰ ਵਾਰ-ਵਾਰੀ ਜਵਾਬ ਦਿੱਤਾ ਮਰ ਕੇ ਇਹਨੇ Hindu ਕੇ ਕਰ Hindu ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਥਾਏ ਨਾ ਪਾਏ ਕਿੰਦੇ Hindu ਬ੍ਰੋ ਦੇ ਕਰ ਇੱਕ Hindu ਆ ਜਾਂਦਾ ਆ ਉਹ ਜਨੇਊ ਵੱਟ ਕੇ ਉਹ ਪਾ ਦਿੰਦਾ ਆ ਕਹਿੰਦੇ ਉਹ ਪਾ ਕੇ ਕਰਮ ਕਾਂਡ ਕਰੀ ਜਾਂਦੇ ਆ ਚੰਗੇ ਕਰਮ ਨਹੀਂ ਕਰਦੇ ਤਾਂ ਉਹ ਜਨੇਊ ਐਸੇ ਪਾਇਉਨੇ ਤਾਂ ਕੋਈ ਨਹੀਂ ਕਰਨਾ ਤਾਂ ਹੀ ਗੁਰਨਾਗਦੇ ਮਹਾਰਾਜ ਨੇ ਵੀ ਜਦੋਂ ਰਸਮ ਕਰਦੇ ਸੀ ਮਹਾਰਾਜ ਨੇ ਕਿਹਾ ਨਹੀਂ ਅਸੀਂ ਇਹ ਕਿਉਂ ਪੰਡਾਉਣਾ ਉਹ ਕਹਿੰਦੇ ਸਾਡੇ ਰੀਤ ਐ ਰਵਾਜ ਐ ਜੇ Hindu ਮਤ ਚ ਲਿਆਉਣ ਦਾ ਕਿ ਤਰੀਕਾ ਐ ਮਹਾਰਾਜ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਦੇ ਆਪਾ ਬੇਪੰਨਾ ਦੇਆਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਬਟ ਏ ਜਨੇਊ ਜੀ ਕਹਤ ਪੰਡਿਤ ਘੱਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨ ਜਾਏ ਧਨ ਸਮਾਨ ਸਨਾਨ ਕਾ ਜੋ ਗਲ ਪਲ ਦੇ ਪਾਇ ਕਿੰਦੀ ਇਹ ਜਿਹੜਾ ਤੁਹਾਡੇ ਵਾਲਾ ਇਹ ਮੈਲਾ ਵੀ ਹੋ ਜਾਣਾ ਟੁੱਟ ਵੀ ਜਾਣਾ ਆ ਜਦੋਂ ਮਰ ਜਾਣਾ ਅੱਗ ਚ ਵੀ ਸੜ ਜਾਣਾ ਇਹ ਤਾਂ ਨਾਲ ਨਹੀਂ ਜਾਣਾ ਪਰ ਜਿਹੜਾ ਦੂਜਾ ਜਨੇਊ ਆ ਇਹ ਨਾਲ ਜਾਣਾ ਇਹਨੂੰ ਮੈਲ ਵੀ ਨਹੀਂ ਲੱਗਣੀ ਐ ਸਾਨਾ ਵੀ ਨਹੀਂ ਟੁੱਟਣਾ ਵੀ ਨਹੀਂ ਕਿਹੜਾ ਦੇ ਆਲ ਦੇ ਆਖਪਾ ਸਬਰ ਸੰਤੂ ਉਖੜਾ ਜੱਤ ਗੰਢੀ ਸਤ ਵਾਟ ਜੱਤ ਸਤਾਲਾ ਕਿੰਨੇ ਇਹ ਪਉ ਆਉਗੀ ਹੈਗਾ ਸੇਪੇ ਮੁਸਲਮਾਨ ਨਾ ਨਹੀਂ ਹੋਈ ਗੱਲ ਕੀਤੀ ਤੇ ਨਹੀਂ ਜੀ ਮੁਸਲਮਾਨ ਬਣੇ ਤੇ ਮਾਰੇ ਕਿੰਨੇ ਮੁਸਲਮਾਨ ਕਰੇ ਬੜਿਆਈ denn ਗੌਰ ਪੀਰੇ ਕੋ ਥਾ ਨ ਪਾਈ ਰਾਹ ਦਸਾਇਓ ਥੇ ਕੋ ਜਾਏ ਕਰਨੀ ਬਾਜੋਂ ਪ੍ਰਸ਼ਨ ਨਾ ਪਾਏ ਕਿੰਨੇ ਤੁਸੀਂ ਐਮਿਬਡੀ ਆਇਆ ਮਰੀ ਜੇ ਨੇ ਮੁਸਲਮਾਨ ਬਣ ਜਾਓ ਜੀ ਮੁਸਲਮਾਨ ਬਣ ਜਾਓ ਬੇਇੱਜ਼ਤ ਮੈਨੂੰ ਕਿ ਨਹੀਂ ਇਦਾਂ ਨਹੀਂ ਮਿਲਣਾ ਫੇ ਮਾਰੇ ਕਿੱਦਾਂ ਮਿਲਣਾ ਮਾਰੇ ਕਹਿੰਦੇ ਮੁਸਲਮਾਨ ਕਰੇ ਬੜਿਆਈ ਬਿਨ ਗੁਰ ਪੀਰੇ ਕੋ ਥਾਂ ਨਾ ਪਈ ਜਿੰਨਾ ਚਿਰ ਤੈਨੂੰ ਕੋਈ ਗੁਰੂ ਪੀਰ ਨਹੀਂ ਮਿਲਦਾ ਆਪਾਂ ਗੁਰੂ ਕਹਿੰਦੇ ਆ ਉਹ ਪੀਰ ਕਹਿੰਦੇ ਆ ਫੇ ਇਕੱਲਾ ਗੁਰੂ ਪੀਰ ਮੈਣ ਦੀ ਗੱਲ ਨਹੀਂ ਗਈ ਕਹਿੰਦੇ ਰਾਹ ਦਸਾਏ ਉੱਥੇ ਕੋ ਜਾਏ ਫੇ ਜੋ ਗਿਆਨ ਬਖਸ਼ਿਸ਼ ਕਰਦਾ ਜੋ ਰਾਹ ਦੱਸਦਾ ਆ ਫਿਰ ਉੱਤੇ ਚੱਲਣਾ ਪੈਣਾ ਹੈ ਰਾਹ ਦਸਾਈ ਉੱਥੇ ਕੋਈ ਜਾਇ ਕਰ ਨਹੀਂ ਬਾਜੋ ਪੈ ਚੰਗੇ ਕਰਮਾਂ ਤੋਂ ਬਿਨਾ ਬਹਿਸਤ ਬੁਸ਼ਤ ਨਹੀਂ ਜੈਨੂ ਮੜਲਾ ਨਰਕ ਮਿਲੂਗਾ ਮਾਰੇ ਕਰਮਾ ਕਰਕੇ ਦੋਜਕ ਮਿਲੂਗਾ ਕਾਹੀ ਬੁੱਲੇ ਸ਼ਾ ਕਹਿੰਦੇ ਕਹਿੰਦੇ ਉੱਥੇ ਕਰਮਾਂ ਦੇ ਹੋਣਿਆ ਨਵੇੜੇ ਕਿਸੇ ਨੇ ਤੇਰੀ ਯਾਦ ਪੁੱਛਣੀ ਉੱਥੇ ਕਿਸੇ ਨੇ ਤੇਰੀ ਯਾਦ ਨਹੀਂ ਪੁੱਛਣੀ ਉੱਥੇ ਕਰਮਾਂ ਦਾ حساب ਗੁਦਾਬ ਹੋਣਾ ਹੈ ਉਹ ਵੀ ਸੂਫੀ ਫਕੀਰ ਹੈ

मतलब कहते जो जन पीर नवाजे जिन्ह ने पीर नवाजे पीर की सेवा की हुक्म तिना आचना उन्हों नहीं आ चाणी बाकी बारी कर्म कांड कक्ष नहीं बनना कबीर साहब भी यही कहते हैं पाजवी पाशाह यही कहें गुरु नानक साहब भी यही कहने ना कोई हिंदू ना मुसलमान अल्लाह राम के पेंड फुराण कहो कबीर ਇਹ ਕਿਆ ਬਖਾਨਾ ਗੌਰ ਪੀਰ ਮਿਲ ਖੁਦ ਖਾਸਨ ਪਛਾਨਾ ਜਿਸੂ ਗੇੜੀ ਪੇ ਲਿਖਿਆ ਆ ਗਿਆ ਗੱਲਾਂ ਆ ਤੇ ਪਾਇਆ ਕਿੰਨਾ ਹੈ ਪਰ ਗੱਲ ਇਹ ਹੋਤੀ ਹੈ ਜਿੰਨਾ ਚਿਰ ਉਹਦੀ ਵਕਸ਼ਿਸ਼ ਨਹੀਂ ਹੁੰਦੀ ਕੋਈ ਪੂਰਨ ਸਤਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਦਵੇਸ਼ ਚੋਂ ਨਿਕਲ ਹੀ ਨਹੀਂ ਸਕਦੇ ਤੇ ਗਾਂ ਕਬੀਰ ਸਾਹਿਬ ਕੀ ਕਹਿੰਦੇ ਆ ਕਿੰਦੇ ਹੀ ਜਿਹੜਾ ਸੰਤਾਂ ਦਾ ਰਸਤਾ ਆ ਗੁਰੂਆਂ ਪੀਰਾਂ ਦਾ ਰਸਤਾ ਇਹ ਤੇ ਇਹ ਤੇ ਬਹੁਤ ਵੇਲੇ ਵੇਲੇ ਚੱਲਦੇ ਆ ਕਹਿੰਦੇ ਕਬੀਰ ਸੇਵਾ ਤੇ ਦੁਹੇ ਭਲੇ ਇੱਕ ਸੰਤ ਇੱਕ ਰਾਮ ਰਾਮ ਜਿਉ ਦਾ ਤਮੁਕਤ ਕੋ ਸੰਤ ਜਿ ਭਾਵੇ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪੜੀ ਬਹੀਰ ਇੱਕ ਅਬਗਦ ਕਾਟੀ ਰਾਮ ਕੀਤਾ ਚੜ ਰਹੇ ਕਬੀਰ ਕਹਿੰਦੇ ਜਿਹੜੇ ਪੁਜਾਰੀਆਂ ਵਾਲਾ ਰਾਹ ਆ ਕਬੀਰ ਜਿਹ ਮਾਰਗ ਪੰਡਿਤ ਗਏ ਜਿਹੜੇ ਰਾਸਤੇ ਤੇ ਪੰਡਿਤ ਪੁਜਾਰੀ ਲੋਕ ਮਜਵਾ ਦੇ ਜਾਂਦੇ ਆ ਪਾਛੇ ਪੜੀ ਬਹੀਰ ਉਹਨਾਂ ਦੇ ਪਿੱਛੇ ਤਾਂ ਬਹੀਰਾਂ ਘੱਟੀਆਂ ਆ ਇੱਕ ਅਬਗਦ ਘਾਟੀ ਰਾਮ ਕੀ ਤੈ ਜੜੇ ਰੋ ਇੱਕ ਸੰਤਾਂ ਵਾਲੀ ਰੱਬ ਵਾਲੀ ਘਾਟੀ ਕਹਿੰਦੇ ਜੀ ਬਹੁਤ ਔਖੀ ਆ ਕਿਉਂ ਔਖੀ ਆ ਕਿਉਂਕਿ ਜੀਵਨ ਬਣਾਉਣਾ ਪੈਣਾ ਆ ਕਰਮ ਕਾਂ ਛੱਡਣੇ ਪੈਣੇ ਆ ਮੈਂ ਮੇਰੀ ਦੂਈ ਦਵੈਤ ਵਕਾਰ ਛੱਡਣੇ ਪੈਣੇ ਇਹ ਔਖੀ ਆ ਖੰਨਿਓ ਤਿੱਖੀ ਬਾੜੋਂ ਨੇ ਕੀ ਜਿਹਨੂੰ ਮਹਾਰਜ ਕਹਿੰਦੇ ਆ ਇਰਤਮਾਰਗ ਚੱਲਣਾ ਇਸ ਮਾਰਗ ਤੇ ਚੱਲਣਾ ਸੌਖਾ ਨਹੀਂਗਾ ਪਰ ਉਹਦੀ ਕਿਰਪਾ ਹੋ ਜੇ ਬਖਸ਼ਿਸ਼ ਵੀ ਫੇ ਤੁਸੀਂ ਬੇਪਰਵਾਹ ਹੋ ਕੇ ਇਹ ਲੋਕ ਲੱਗਿਆ ਤੋਂ ਮਜਬਿਆਂ ਦੇ ਝਗੜਿਆਂ ਚੋਂ ਤਾਂ ਹੀ ਕਬੀਰ ਸਾਹਿਬ ਕਹਿੰਦੇ ਹਮਰਾ ਚੜਣਾ ਰਹਾ ਨਕੂ ਪੰਡਤ ਮੁੱਲਾ ਛਾਡੇ ਦੂ ਪੰਡਤ ਮੁੱਲਾ ਜੂ ਲਿਖਦੀ ਆ ਛੋੜ ਚਲੇ ਹਮ ਕਛੂ ਨਾ ਦੀਆ ਰੱਬ ਦਾ ਰਸਤਾ ਹੈ ਤਾਂ ਬਹੁਤ ਸਿੰਪਲ ਤਾਂ ਸਿੱਧਾ ਪਰ ਅਸੀਂ ਇੰਨਾ ਕੰਪਲੀਕੇਟਡ ਬਣਾਤਾ ਉਹਨਾਂ ਨੂੰ ਮਜਬੂਰਾਂ ਦੇ ਪਿਆਰੀ ਲੋਕਾਂ ਨੇ ਕੱਟੜਪਾਂਥੀਆਂ ਨੇ ਕਰਮਕਾਂਡੀਆਂ ਨੇ ਕਿ ਹੋਰ ਹੀ ਵਸੇ ਅਸੀਂ ਜਦੋਂ ਬੁੱਲੇ ਸ਼ਾਹ ਆਪਣੇ ਗੁਰੂ ਦੇ ਕੋਲ ਗਏ ਸ਼ਾਹ ਐਨਾਤ ਕੋ ਕਿ ਮਰੇ ਮੈਂ ਰੱਬ ਦੀ ਪ੍ਰਾਤਿਓ ਕਹਿੰਦੇ ਬੁੱਲੇ ਰੱਬ ਦਾ ਕੀ ਪਉਣਾ ਇੱਥੋਂ ਪਟਣਾ ਤੇ ਇੱਥੇ ਲਾਉਣਾ ਉਹ ਰਾਇਣ ਸੀਗੇ ਗੋਣਿਆਂ ਦੀ ਪਨੀਰੀ ਪਟਦੇ ਸੀ ਇੱਧਰੋਂ ਪਟਦੇ ਸੀ ਉਹ ਦੂਜੇ ਖੇਤ ਚਾਪੋਂ ਪਤਾ ਇਹ ਪਨੀਰੀ ਗਾੜੀ ਹੁੰਦੀ ਉਹ ਤੋਂ ਪਟ ਕੇ ਫਿਰ ਬੈਲ ਬੈਲ ਲਾਉਣਾ ਹੁੰਦਾ ਉਗਨੇ ਪੁੱਲੀ ਆ ਇੰਨੇ ਦਾ ਕੰਮ ਆ ਹਾ ਦੁਨੀਆਂ ਦਾ ਮੂੰਹ ਮੋੜ ਕੇ ਰੱਬ ਨਾਲ ਜੋੜ ਲੈ ਇੰਨੇ ਹੀ ਫਰਕ ਆ ਪਰ ਅਸੀਂ ਦੁਨੀਆਂ ਦੇ ਮੂੰਹ ਮਾ ਨੂੰ ਛੱਡ ਕੇ ਹੀ ਨਹੀਂ ਰਹਿ ਜੀ ਇਹ ਮੂੰਹ ਮਾਇਆ ਵਿੱਚ ਜਦੋਂ ਹੈ ਤਾਂ ਉਹਦੀ ਪੈਦਿਆ ਕੀਤੀ ਬਹੁਤ ਹੈ ਰੱਬ ਤਾਂ ਸੈਕੰਡ ਸ਼ਕਤੀ ਆ ਪਰ ਜੇ ਉਹਦੀ ਕਿਰਪਾ ਹੋਵੇ ਉਹਦੀ ਬਖਸ਼ਿਸ਼ ਹੋਵੇ ਫਿਰ ਇਹ ਤੋਂ ਨਿਕਲਿਆ ਜਾਂਦਾ ਹੈ ਕਹਿੰਦੇ ਜੇ ਤੇ ਗੁਰੂ ਦੀ ਕਿਰਪਾ ਹੋ ਜਾਏ ਮਾਲਕ ਦੀ ਕਿਰਪਾ ਹੋਵੇ ਤਨੀ ਵਿੱਚੇ ਹੀ ਮਾਇਆ ਪਾਇਆ ਕਿੰਨੇ ਮਾਇਆ ਚ ਰਹਿੰਦੇ ਹੋਈ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਆ ਪਰ ਮਾਇਆ ਹੈ ਕੀ ਆਮ ਕਿੰਦੇ ਮਾਇਆ ਜਿੱਤ ਹਰ ਬਿਸਰੇ ਮੂਹ ਆਪੇ ਪਉ ਦੂਜਾ ਲਾਇਆ ਮਾਇਆ ਕੰਦੇ ਪੈਸੇ ਨੂੰ ਨਹੀਂ ਕਹਿੰਦੇ ਜਿੰਨਾ ਵੀ ਸੰਸਾਰ ਹੈ ਇਹਦੇ ਚ ਜੋ ਵੀ ਆ ਜਾਹੇ ਸ਼ੋਹਰਤ ਆ ਪਦਮੀਆਂ ਆ ਜਾਂ ਪੈਸਾ ਜਾਇਦਾਦ ਪਰਿਵਾਰ ਜਿੰਨਾ ਕਟੰਬ ਜੋ ਵੀ ਆ ਦੁਨੀਆ ਚ ਜਿਹੜਾ ਪਰਮਾਤਮਾ ਤੋਂ ਸਾਨੂੰ ਦੂਰ ਕਰਕੇ ਆਪਣੇ ਮੂਹ ਚ ਪਸੰਦਾ ਉਹ ਮਾਇਆ ਆ ਇਹ ਮਾਇਆ ਜਿੱਤ ਹਰ ਬਿਸਰੇ ਜਿੱਦੇ ਕਰਕੇ ਪਰਮਾਤਮਾ ਬਿਸਰੇ ਮੂਹ ਉਪੇ ਪਾਉ ਦੂਜਾ ਲਾਇਆ ਮੂਹ ਜ ਫਸ ਕੇ ਦੂਜੇ ਪਾਸੇ ਲੱਗ ਗਿਆ ਮੂਹ ਜੇ ਦੇ ਪ੍ਰੇਮ ਚ ਫਸ ਗਿਆ ਮੂਹ ਜ ਫਸ ਗਿਆ ਇਹ ਮਾਇਆ ਆ ਤੇ ਜੇ ਨਾ ਕਿ ਰੱਬੀ ਕਿਰਪਾ ਹੋ ਜਾਂਦੀ ਉਹ ਕਹਿੰਦੇ ਮਾਇਆ ਵਿੱਚ ਹੀ ਰਹਿੰਦੇ ਹੋਏ ਤੁਸੀਂ ਉਹਦੀ ਪ੍ਰਾਪਤੀ ਕਰ ਸਕੇ ਸੰਸਾਰ تیرੇ ਰਿੰਦੇ ਪਰਵਾਰ تیرਿੰਦੇ ਹੁਣ ਰਾਜੇ ਜਾਣ ਕਰ ਗਿਆ ਜਾਂ ਭਰਤਰੀ ਜਾਂ ਹੁਣ ਬਹੁਤ ਰਾਜੇ ਪੀਪਾ ਰਾਜਾ ਹੋਏ ਉਹ ਉਹ ਰਾਜ ਭਾਗ ਦੇ ਵਿੱਚ ਰਹਿੰਦੇ ਹੋਏ ਚੰਗੇ ਕੰਮ ਕਰਦੇ ਹੋਏ ਮਾਇਆ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਸੀਗਾ ਪਰਿਵਾਰ ਪਾਲਦੇ ਹੋਏ ਦਸਵੇਂ ਪਾਚਾ ਕਲਗੀ ਤਰ ਪਾਚਾ ਸਾਰਾ ਸਰਵਾਂਸਦਨ ਜੀ ਨੂੰ ਆਪਾਂ ਕਹਿੰਦੇ ਹਾਂ ਸਰਵਾਂਸ ਹੁੰਦੇ ਹੋਏ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਪਰਵਾਰ ਤੋਂ ਵੀ ਪਿਆਰੇ ਸਿੱਖਾਂ ਸੇਵਕਾਂ ਜਾਨ ਤੋਂ ਵੀ ਪਿਆਰੇ ਸੀ ਪਰ ਜਦੋਂ ਕੁਰਬਾਨੀ ਦੇ ਲੇਖ ਆਏ ਤਾਂ ਕੋਈ ਫਰਕ ਨਹੀਂ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੇ ਨਾਨਕ ਨਾਮ ਪਦਾਰਥ ਮੰਗੇ ਇਹੋ ਵੀ ਤੇਰਾ ਪਾਣਾ ਆ ਮਿੱਠਾ ਆ ਤਤਤੀ ਤਵੀਆਂ ਤੇ ਬਹਿ ਕੇ ਵੀ ਉਹਦਾ ਪਾਣਾ ਬੰਦਨ ਡੈ ਉਹ ਸਾਡੇ ਲਈ ਐਗਜ਼ਾਮਪਲ ਬਣ ਕੇ ਆਂਦੇ ਉਹਨਾਂ ਨੂੰ ਲੋੜ ਨਹੀਂ ਸੀ ਸਿਰਫ ਇਹ ਦਰਸ਼ਨ ਲਈ ਅੱਜ ਸਾਡਾ ਬੱਚਾ ਰਾਤ ਨੂੰ ਆ ਘਰ ਪਹੁੰਚੇ ਤਾਂ نیند ਨਹੀਂ ਆਉਂਦੀ ਤਾਂ ਉਹਨਾਂ ਨੇ 6 ਬੋਤਲ ਲੈ ਕੇ ਤਕਰੀਬਨ 13-14 ਪੀਉ ਤਾਂ ਹੀ ਸਾਰਾ ਪਰਿਵਾਰ ਮਾਪ ਨੂੰ ਇਤਿਹਾਸ ਬਾਰੇ ਪਤਾ ਹੀ ਮੈਂ ਨੀਂਦਰ ਨਾ ਜਾਮਾ ਕਿਉਂਕਿ ਮੈਂ ਉਹ ਮੇਤੋਂ ਗੱਠਾ ਕਰਨੀ ਉਕੀ ਹੋ ਜਾਣੀ ਉਹ ਸਾਡੇ ਲਈ ਇੱਕ ਐਗਜ਼ਾਮਪਲ ਵਾਂਗ ਆਉਂਦੇ ਆ ਪੀ ਜੇ ਸਾਡੇ ਕੋਈ ਵਿੱਚ ਇਹਨੂੰ ਸਰਟੀਫੀਕਟ ਜਾਂ ਕੋਈ ਹੈਪਨ ਹੋ ਜਾਂਦੀ ਆ ਤਾਂ ਅਸੀਂ ਉਹਨਾਂ ਦੇ ਅਲ ਦੇ ਕੇ ਆਪਣੇ ਆਪ ਨੂੰ ਸਟਰੋਂਗ ਕਰਨਾ ਸਾਡੇ ਗੁਰੂਆਂ ਨੇ ਆਪਣੇ ਹੱਥੀ ਜੰਗਾਂ ਚ ਤੋੜੇ ਆਪਣੇ ਹੱਥੀ ਪਿਤਾ ਨੂੰ ਕੁਰਬਾਨੀ ਲਈ ਤੋੜਿਆ ਸੋ ਉਹਨਾਂ ਤੋਂ ਆਪਾਂ ਨੂੰ ਸੇਧ ਮਿਲਦੀ ਸੋ ਮਾਰੇ ਕਹਿੰਦੇ ਆ ਤੀਜਾ ਫੇਸਾ ਜੋਗੀ ਕਿੰਦੇ ਯੋਗੀ ਜਗਤ ਨ ਜਾਣੇ ਅੰਦ ਤੈਨੂੰ ਹੀ ਆੜੇ ਦਾ ਮੰਨ ਯੋਗੀਆਂ ਤੋਂ ਲੋਕੀ ਗਿਆਨ ਲੈਣ ਜਾਂਦੇ ਸੀ ਹੁਣ ਮੁਸਲਮਾਨ ਕਰੇ ਬੜਿਆਈ ਬੇੰਗ ਔਰ ਪੀਰੇ ਕੋ ਥਾਨ ਪਾਈ ਰਾਧ ਸਾਈਉ ਤੇ ਕੋ ਜਾਏ ਕਰਨੀ ਵਾਜੇ ਯੋਗੀ ਕੇ ਘਰ ਜੁਗ ਦੇ ਦਸਾਈ ਤਿਤਕਾਰਨ ਕੰ ਮੁੰਦਾ ਪਾਈ ਮੁੰਦਾਂ ਪਾਇ ਸੁਰੇ ਸੰਸਾਰ ਇੱਥੇ ਕਿੱਥੇ ਸਿਰਜਣ ਹਾਰੇ ਇੱਥੇ ਆਣੇ ਸ ਆਏ ਆਣੇ ਹੋਰ ਫੱਕੜ Hindu Musalmane ਸਭ ਨਾ ਕਦਰ ਲਿਖਾ ਹੋਏ ਕਰਨੀ ਵਾਜੋਂ ਤਰੇ ਨਾ ਕੋਈ ਸੱਚੋ ਸੱਚ ਬਖਾਣੇ ਕੋਈ ਨਾਨਕ ਅੱਗੇ ਪਹੁੰਚਣਾ ਹੋਏ ਨਰ ਕਹਿੰਦੇ ਜੋਗੀਆਂ ਕੋ ਉਹ ਜੋਗ ਲੈਣ ਜਿੰਦੇ ਉਹ ਕਹਿੰਦੇ ਕੰਨਾਂ ਚ ਮੁੰਦਰਾ ਪਾ ਲਓ ਤਾਂ ਘਰ-ਬਾਰ ਛੱਡ ਦੇ ਜੰਗਵੇਂ ਕਹਿੰਦੇ ਇਹ ਫੱਕੜ ਐ ਫੂਕੇ ਐ ਸਾਰੇ ਕਹਿੰਦੇ ਨਾ ਨੂੰ ਕੋਈ ਗਿਆਨ ਹੀ ਨਹੀਂ ਕਹਿੰਦੇ ਸਭਨਾ ਦਾ ਦਰ ਲੇਖਾ ਉੱਥੇ ਉਸ ਦਰ ਤੇ ਲੇਖਾ ਹੋਣਾ ਕਰ ਨਹੀਂ ਬਾਝੋਂ ਕਰੇ ਨਾ ਕੋਈ ਸੱਚੋ ਸੱਚ ਬਖਾਣੇ ਕੋਈ ਨਾਨਕ ਅੱਗੇ ਕਹਿੰਦੇ ਮੈਂ ਸੱਚੀ ਗੱਲ ਕਹਿਣਾ ਕਿ ਕਿਸੇ ਨੇ ਨਹੀਂ ਪੁੱਛਣਾ ਉੱਥੇ ਕਰਮਾਂ ਦਾ ਲੇਖਾ ਹੋਣਾ ਹੈ ਕਰਮਾਂ ਅਨਸਾਰ ਚੋਂ ਵਕ ਕੱਢੇ ਮੰਨ ਲਿਆ ਕਰਮਾਂ ਦੇ ਅਨਸਾਰ ਤੈਨੂੰ ਵਕ ਕੱਢਿਆ ਜਾਣਾ ਸੋ ਜਿੰਨਾ ਚਿਰ ਸਾਨੂੰ क्योंकि यह किसी एक मत ली गा महाराज कहते उपदेश चौ ब को सौह बर खत्री ब्राह्मण शूद वैश उपदेश चौं बढ़ना को सजा गुरमुख नाम जपे उधरे इस कल में घट घट नानक मांझा क्या भावे कोई खत्रीया, आ कोई ब्राह्मण आ कोई बैश या शूदर आनाएं रब दे कोई जात पात नहीं क्योंकि भी कह लो मजहबादार ने प्यारी है, सारे गुरु ने इस चीज का विरोध किया दसवें पाशाह महाराज बहुत ज्यादा किया वो तो एक बाटे अमृत भी छकया एक बाटे इन्होंने वहमे भर में, में जात निकल जाए ਸਰ ਇਹ ਵੀ ਨਹੀਂ ਨਿਕਲਿਆ ਕੋਸ਼ ਬੰਦਿਆਂ ਨੂੰ ਛੱਡ ਕੇ ਪਰ ਉਹਦਾ ਜੇ ਵਾਰੀ ਪੋਰ ਤੇ ਗਈ ਜਾਣਾ ਸੀ ਗੁਰੂ ਦੇ ਸੇਖਿਆਂ ਤਾਂ ਉਹ ਕਹੀ ਜਾਵੋ ਉੱਥੇ ਤਾਂ ਉੱਥੇ ਤਾਂ ਅਮਲਾਂ ਦੇ ਹੋਣੇ ਹਨ ਵੀਰੇ ਜੇ ਅਮਲ ਹੀ ਸਹੀ ਨਹੀਂ ਮੇਹਾਂ ਸ਼ਾਦੀਆਂ ਜਿਹੀ ਤੇ ਨਹੀਂ ਸਾਡੀ ਜਾਤ ਨਹੀਂ ਰਾਜਦੀ ਸਾਡਾ ਆ ਨਹੀਂ ਰਾਜਦਾ ਜਦਾ ਉਹ ਨਹੀਂ ਰਾਜਦਾ ਇਹਨਾਂ ਨੂੰ ਮੈਂ ਨੂੰ ਮੈਂ ਤਾਂ ਕਈਆਂ ਨੂੰ ਇੱਦਾਂ ਵੀ ਜਾਣਦਾ ਆ ਪੀ ਜਾਤ ਵੀ ਕੋਈ ਐ ਜੱਟ ਅ ਅਮਰਤ ਵੀ ਛਕਿਆ ਉਹ ਪਰ ਫੇਰ ਵੀ ਨਹੀਂ ਹੁੰਦੇ ਕਿਉਂ ਇੱਕ ਜੀ ਅਖੰਡ ਕੀਰਤਨੀਆਂ ਜਿਥੇ ਉਹਨਾਂ ਦੀ ਡਿਫਰੈਂਟ ਮਰਿਆਦਾ ਐ ਇੱਕ ਪਾਸੇ ਉਹ ਟਕਸਾਲ ਵਾਲੇ ਜਾਂ ਕੋਈ ਹੋਰ ਜਿਥੇ ਬੰਦੀ ਉਹਨਾਂ ਦੀ ਡਿਫਰੈਂਟ ਮਰਿਆਦਾ ਹੈ ਕਿਉਂਕਿ ਰਾਗਮਾਲਾ ਨੂੰ ਨਹੀਂ ਬਾਣੀ ਮੰਨਦੇ ਇਸ ਕਰਕੇ ਹਾਲਾਂਕਿ ਬੱਚਿਆਂ ਨੂੰ ਕੋਈ ਫਰਕ ਨਹੀਂ ਬੱਚਿਆਂ ਵਿਚਾਰੇ ਨੂੰ ਪਤਾ ਨਹੀਂ ਪਰ ਉਹ ਜੰਗੀ ਪੁਰਾਣੀ ਸੋਚ ਆ ਉਹ ਨਹੀਂ ਇਕੱਠੇ ਹੋਣ ਦਿੰਦੇ। ਮਾਨਕੀ ਪਲਾਈ ਪਲੀ ਕਰੇ ਸੱਚੇ ਪਾਚਾ। ਜਿਹੜੇ ਬੇਮਾਚ ਜਾਂ ਚੱਕਰਾਂ ਚ ਸੀ ਫਸਿਓ ਉਹਦੀ ਕਿਰਪਾ ਤੋਂ ਬਿਨਾਂ ਉਖ ਆਇਆ। ਇਹਨਾਂ ਚੀਜ਼ਾਂ ਚ ਉਹਨੇ ਕਰਨਾ ਉਹ ਤਾਂ ਬਹੁਤ ਕੋਸ਼ਿਸ਼ ਮਾਲਕ ਕਰਦਾ ਐ। ਇਦਾਂ ਮੀ ਆਪ ਕਹਿ ਸਕਦੇ ਨਹੀਂ ਨਿਕਲ ਹੈਗੇ ਆ। ਪਰ ਥੋੜੇ ਆ। ਬਹੁਤੇ ਨਹੀਂ। ਹਾਂ ਥੋੜੇ ਨਹੀਂ ਕਣੇ। ਮਰ ਗਿਆ ਥੋੜੇ ਆ ਕਣੇ ਨਹੀਂ ਬਾਹਲੇ ਮਿੰਗੇ। ਬਾਣੀ ਬਾਰੇ ਵੀ ਮਹਾਰਾਜ ਨੇ ਸਾਤੇ ਕਿੰਡੀ ਕਿਰਪਾ ਕੀਤੀ ਆ ਸੰਸਕ੍ਰਿਤ ਦੇ ਵਿੱਚ ਕਾਸ਼ੀ ਚ ਲੋਕੀ ਸੰਸਕ੍ਰਿਤ ਪੜ੍ਹਦੇ ਸੀ ਹੋਰ ਬ੍ਰਜ ਭਾਸ਼ਾ ਹੋਰ ਕਈ ਬਹੁਤ ਵੂੜ ਭਾਸ਼ਾ ਸੀਗੀਆਂ ਉਹਨਾਂ ਚ ਵੇਦ ਸ਼ਾਸਤਰ ਲਿਖੇ ਗਏ ਸੀ ਉਹ ਸਾਡੀ ਲਈ ਬਹੁਤ ਔਖਾ ਸੀਗਾ ਫਿਰ ਗੁਰਨਾਮਕ ਦੇ ਮਹਾਰਾਜ ਨੇ ਸਾਤੇ ਕਿੰਡੀ ਕਿਰਪਾ ਕੀਤੀ ਸਾਡੀ ਆਪਣੀ ਲਿਪੀ ਤੇ ਪੰਜਾਬੀ ਗੁਰਮੁਖੀ ਦੇ ਵਿੱਚ ਸਾਨੂੰ ਬਾਣੀ ਵਰਸ਼ਿਸ਼ ਕੀਤੀ ਬੀਦਾਂ ਦਾ ਨਚੂੜ ਬਖਸ਼ਿਸ਼ ਕੀਤਾ ਇੰਨਾ ਪੜਨਾ ਜਾਂ ਸੰਸਕ੍ਰਿਤ ਪਾਣੀ ਹੋਰ ਪੜ ਕੇ ਗਿਆਨ ਲੈਣ ਬਹੁਤ ਔਖਾ ਸੀ ਸੂਟ ਹੋਣਾ ਹੀ ਨਹੀਂ ਸੀਗਾ ਕਿੰਨੀ ਕਿਰਪਾ ਕੀਤੀ ਆ ਉਹ ਸਾਰੇ ਬੀਦਾਂ ਸ਼ਾਸਤ੍ਰ ਧਰਮ ਗ੍ਰੰਥਾਂ ਦਾ ਨਚੂੜ ਮਾਰਾ ਇਹਨੇ ਕਰਵਾਣੀ ਸੰਬੋਧਿਤ ਹੈ ਪਰ ਉਹ ਵੀ ਬਹੁਤ ਤੇ ਅਸੀਂ ਪੜਦੇ ਹੀ ਨਹੀਂ ਜੇ ਬਹੁਤੇ ਹੈਗੇ ਤੋਂ ਪੜਨ ਤਾਂ ਹੀ ਸੀਮਤ ਆ ਉਹ ਨੂੰ ਸਮਝੇ ਨਾ ਵਿਚਾਰ ਨਾ ਜਾ ਉਤੇ ਚੱਲਣਾ ਤਾਂ ਬਹੁਤ ਬੈਲ ਦੇ ਬੈਲ ਦੇ ਕਰਮ ਜੇਗਾ ਮਰੇ ਜਾਂ ਬਿ ਕਿੰਦੇ ਮਰੇ ਕਿੰਦੇ ਬਾਣੀ ਬਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਇਹ ਬਾਣੀ ਮਹਾਪੁਰਸ਼ ਕੀ ਨਿਜ ਘਰ ਬਸਾ ਹੋਏ ਕਿੰਦੇ ਬਾਣੀ ਬਰਲੋ ਕੋਈ ਬੈਲ ਨੇ ਨਾ ਜੇ ਤੇ ਉਹਦੀ ਕਿਰਪਾ ਜੇ ਕੋ ਗੁਰਮਖ ਹੋਏ ਜੇ ਕੋਈ ਗੁਰੂ ਦੇ ਵਾਲ ਜਿਹਦਾ ਮੂੰਹ ਆ ਕੋਈ ਗੁਰਮਖ ਪਰਛਾ ਇਹ ਬਾਣੀ ਮਹਾਪੁਰਸ਼ ਕੀ ਨਿਜ ਘਰ ਬਸਾ ਇਨਜ ਕਰਕੇ ਉਹ ਮਹਾਪੁਰਖਾਂ ਦੇ ਰਾਹੀ ਬਾਣੀ ਆਈ ਹੈ ਤੇ ਮਹਾਪੁਰਖ ਹੀ ਸੰਸਮਝਾ ਸਕਦੇ ਤਾਂ ਹੀ ਮਾਰੇ ਕਹਿੰਦੇ ਜੈ ਸੀਮੇ ਆਵੇ ਖਾਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੋ ਕਿੰਦੇ ਮੇਰੀ ਨਹੀਂ ਇਹ ਖਾਸਮ ਦੀ ਹੈ ਤੇ ਜਿਹੜੀ ਖਾਸਮ ਦੀ ਬਾਣੀ ਆ ਉਹ ਖਾਸ ਵਾਂਗੂ ਸਭ ਸੰਝੀ ਆ ਉਹ ਕਿਸੇ ਇੱਕ ਮਤ ਦੀ ਹੋ ਹੀ ਨਹੀਂ ਸਕਦੀ ਜਦੋਂ ਧਰਤੀ ਨੇ ਪੁਕਾਰ ਕੀਤੀ ਪੱਪੀ ਪੋਛਾ ਤਾਂ ਬਹੁਤ ਬੋਲ ਵਾਲਾ ਹੋ ਗਿਆ ਆਪਾਂ ਨੂੰ ਪਤਾ ਇਤਿਹਾਸ ਪੜਿਆ ਆ ਕਿ ਪਿਆਰੀ ਲੋਕ ਇਹ ਪੰਡਤ ਲੋਕ ਜਦੋਂ ਦੂਜਿਆਂ ਨੂੰ ਬਾਣੀ ਪੜ੍ਹਨੀ ਨਹੀਂ ਸੀ ਦਿੰਦੇ ਤੇ ਸਿਰਫ ਬ੍ਰਾਹਮਣ ਪੜ੍ਹ ਸਕਦਾ ਖੱਤਰੀ ਸੁਣ ਸਕਦਾ ਕਿਉਂਕਿ ਖੱਤਰੀ ਤਕੜੇ ਸੀਗੇ ਰਾਜਪਾਗ ਦੇ ਬਾਦ ਸੀ ਉਹਨਾਂ ਨੂੰ ਸੁਣ ਤੇ ਅਧਿਕਾਰ ਦਿੱਤਾ ਸੀ ਉਹ ਦੀ ਸੁਣ ਸਕਦੇ ਆ ਪੜ੍ਹ ਉਹ ਵੀ ਨਹੀਂ ਸੀ ਸਕਦੇ ਕਿਉਂ ਨਹੀਂ ਸੀ ਪੜ੍ਹ ਸਕਦੇ ਕਿਉਂਕਿ ਉਹ ਨਹੀਂ ਆਪਣੇ ਸਾਹਮਣੋਂ ਦਾ ਲੱਥਾ ਘਟ ਨਾ ਸਕਾ ਪੀਜ ਪੜ ਗਏ ਇਹਨਾਂ ਨੂੰ ਇਸ ਲਈ ਇਹਦਾ ਪਤਾ ਲੱਗ ਜਾਣਾ ਆ ਹੈ ਨੀ ਹੁਣ ਵੇਦਾਂ ਦੇ ਵਿੱਚ ਵੀ ਜਿਹੜਾ ਲਿਖਿਆ ਆ ਉਹ ਕਹਿੰਦੇ ਜਿਹੜਾ ਮਾੜੇ ਕਰਮ ਕਰਦਾ ਆ ਤੁਮੁ ਗੁਣਿਆ ਉਹ ਸ਼ੁੱਧਰਿਆ ਜਿਹੜਾ ਕਾਮਰੋਚ ਫਸਿਆ ਹੈ ਹੀਰਾ ਫੇਰੀ ਝੂਠ ਤੂਫਾਨ ਚ ਫਸਿਆ ਹੈ ਉਹ ਅਸ਼ੁੱਧਰ ਜਿਹੜਾ ਵਪਾਰੀ ਵਰਗਿਆ ਉਹ ਵੈਸ਼ ਆ ਜਿਹੜਾ ਬਲਵਾਨ ਆ ਗਰੀਬਾਂ ਦੀ ਰੱਖਿਆ ਕਰਦਾ ਆ ਉਕਸ਼ਤਰੀਆ ਜਿਹਨੂੰ ਬ੍ਰਾਹਮ ਦਾ ਗਿਆਨ ਹੈ ਉਹ ਬ੍ਰਾਹਮਣ ਆ ਬਾਣੀ ਚ ਵੀ ਇਦਾਂ ਕਹਿੰਦੇ ਆ ਤੇ ਜਿਹੜਾ ਬ੍ਰਹਮ ਨੂੰ ਜਾਤਾ ਉਹ ਬ੍ਰਾਹਮਣ ਆ ਜਿਹੜਾ ਕਰਮਾਂ ਦਾ ਸੂਰਾ ਉਹ ਉਕਸ਼ਤਰੀਆ ਇਹਨਾਂ ਨੇ ਉਹ ਜਿਹਦੇ ਘਰੇ ਜਨਮ ਬਿਆ ਉਹ ਭਾਵੇਂ ਬ੍ਰਹਮ ਗਿਆਨ ਨੂੰ ਹੋਵੇ ਉਹ ਫੇ ਵੀ ਕਹਣਾ ਸ਼ੂਦਰ ਦਾ ਸ਼ੂਦਰ ਹੀ ਆ ਤੇ ਜੇ ਬ੍ਰਾਹਮਣ ਦੇ ਘਰੇ ਉਹ ਨੀਚ ਕਰਮ ਕਰਦਾ ਆ ਤਾਂ ਉਹ ਸੱਲ ਬ੍ਰਾਹਮਣੀ ਆ ਕਾਹੀ ਕਰਨਾਂ ਦੇ ਮਾਰੇ ਕਹਿੰਦੇ ਜਾਤ ਜਨਮ ਨਾ ਪੁੱਛੀਏ ਸੱਚ ਕਰ ਲੇ ਬਤਾਏ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦਾ ਘਟਕੀ ਨਾਨਕ ਸ਼ੂਟਸ ਨਾ ਹੈ ਕਹਿੰਦੇ ਇਹਨਾਂ ਨਾਲ ਤੇ ਰੱਛ ਟਕਾਰਾ ਨਹੀਂ ਹੁੰਦਾ ਜਨਮ ਤੋਂ ਕੋਈ ਕੋਈ ਉੱਚ ਨੀਚ ਨਹੀਂ ਲੇਗਾ ਕਰਮਾ ਕਰਕੇ ਮਾੜਾ ਚੰਗਾ ਹੈਗਾ ਹੈ ਸੋ ਪਰ ਸਤਿਪਾਚਾ ਕਰਪਾ ਕਰਨ ਬਖਸ਼ਿਸ਼ ਕਰਨੇ ਆਪਣਾ ਸੈਕੰਡ ਐਪੀਸੋਡ ਦਾ ਟਾਈਮ ਹੋ ਗਿਆ ਮਾਲਕਾ ਕਿਰਪਾ ਕਰਿਓ ਬਖਸ਼ਿਸ਼ ਕਰਿਓ ਜੋ ਬਾਣੀ ਦੇ ਵਿੱਚ ਤੁਸੀਂ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਸੂਜੀ ਬਖਸ਼ਿਸ਼ ਕੀਤੀ ਹੈ ਮਹਾਰਾਜ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚ ਉਹ ਗਿਆਨ ਪ੍ਰਗਟ ਹੋਵੇ ਤਾਂ ਕਿ ਅਸੀਂ ਮੈਂ ਮੇਰੀ ਇਹ ਦੂਵੀਂ ਦੁਆ ਤੇ ਇਹ ਵਿਹਿਮਾ ਪਰਮਾਤਮਾ ਚੋਂ ਜਾਗਤਾ ਪਾਤਾ ਚੋਂ ਮਾਜਵੀ ਰਿਲੀਜੀਅਸ ਚੱਗ ਗਏ ਤਾਂ ਉੱਤੇ ਉੱਠ ਕੇ ਜੋ ਤੁਸੀਂ ਸਾਨੂੰ ਗਿਆਨ ਦਿੰਨੇ ਆ ਇੱਕ ਪਿਤਾ ਇੱਕ ਇਸਕੇ ਹਮਾਰਕ ਤੂੰ ਮੇਰਾ ਗੁਰਹਾਈ ਸਭੇ ਸਾਂਜੀ ਬਾਤ ਸਦਾਇਨ ਕੋਈ ਨ ਦਿਸੇ ਵਾਰਾ ਜੀਉ ਅੱਬਲੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜੁਗ ਜਿਆ ਕੌਣ ਭਲੇ ਕੋ ਮੰਗੇ ਇਹਦੇ ਧਾਰ ਨਹੀਂ ਹੋਈਏ ਤੇ ਆਪਣਾ ਜੀਵਨ ਸਫਲਾ ਕਰੀਏ ਇਸ ਮੂ ਮਾਇਆ ਦੇ ਇਸ ਝਗੜਿਆਂ ਦੇ ਇਸ ਜਾਤ ਪਾਤਾਂ ਦੇ ਇਹ ਕਰਮ ਕਾਂਡਾਂ ਚੋਂ ਨਿਕਲ ਕੇ ਪਾਛਾ ਤੇਰੇ ਚਰਨਾਂ ਜੀ ਸਾਨੂੰ ਨਵਾਸ ਮਿਲੇ ਤਾਂ ਕਿ ਅਸੀਂ ਆਵਾਗੋਂ ਦੁਬਾਈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ